ਦੇ ਵਿੱਚ ਵੀ ਆਪਾਂ ਦੇਖੀਏ ਹੋਰ ਕੋਈ ਗੱਲ ਹੋ ਹੀ ਨਹੀਂ ਰਹੀ ਕੋਈ, ਮਤਲਬ ਜੇ ਆਪਾਂ ਸੋਸ਼ਲ ਮੀਡੀਆ ਦੇ ਖੋਲ੍ਹੀਏ ਤਾਂ ਕੋਈ ਕੁਛ ਕਹਿ ਰਿਹਾ ਆ ਵੀ ਇੱਦਾਂ ਕਰਨਾ ਚਾਹੀਦਾ, ਇੱਕ ਵੀਡੀਓ ਆ ਜਾਂਦੀ ਆ ਉਹ ਕਹਿੰਦੇ ਡਰੋ ਨਾ, ਇੱਕ ਵੀਡੀਓ ਆ ਜਾਂਦੀ ਆ ਤੁਹਾਨੂੰ ਬਹੁਤ ਡਰਨਾ ਚਾਹੀਦਾ। ਜਿਹੜੀ ਪੂਰੀ ਦੁਨੀਆ ਭੰਬਲ ਭੂਸੇ ਦੇ ਵਿੱਚ ਪਈ ਹੋਈ ਆ, ਪਤਾ ਨਹੀਂ ਲੱਗਦਾ ਕੀ ਕੀਤਾ ਜਾਵੇ, ਪਰ ਫਿਰ ਵੀ ਅਸੀਂ ਆਪਣੇ ਵੱਲੋਂ ਇਹ ਕਹਿਣਾ ਚਾਹੁੰਦੇ ਕਿ ਵੱਧ ਤੋਂ ਵੱਧ ਜਿਹੜੀ ਸਾਵਧਾਨੀ ਵਰਤੀ ਜਾਵੇ। ਸੋ ਭਾਈ ਕਿਰਪਾ ਸਿੰਘ ਜੀ, ਪੰਜਾਬ ਅਤੇ ਪੂਰੇ ਭਾਰਤ ਦੇ ਅੱਜ ਦਾ ਕਰੋਨਾ ਦਾ ਜਿਹੜੀ ਆ ਇਹਦਾ ਕਿਹੋ ਜਿਹਾ ਹਾਲ ਚੱਲ ਰਿਹਾ ਜਾਂ ਕੀ ਆ ਰਿਪੋਰਟ ਪੂਰੀ ਭਾਰਤ ਦੀ ਅਤੇ ਪੰਜਾਬ ਦੀ? ਹਾਂਜੀ ਹਾਂਜੀ, ਪਹਿਲਾਂ ਜੇ ਆਪਾਂ ਗੱਲ ਕਰੀਏ ਪੂਰੀ ਦੁਨੀਆ 'ਚ ਇਸਦਾ ਕਹਿਰ ਬਹੁਤ ਛਾਇਆ ਹੈ ਔਰ ਦੇਸ਼ ਦੇ ਲੋਕਾਂ ਵਿੱਚ, ਉਸੇ ਤਰ੍ਹਾਂ ਹੀ ਪੰਜਾਬ ਲਾ ਲਓ, ਇੰਡੀਆ ਲਾ ਲਓ। ਜੇ ਆਪਾਂ ਭਾਰਤ ਦੀ ਗੱਲ ਕਰੀਏ ਤੇ ਭਾਰਤ ਵਿੱਚ ਇਸ ਵਕਤ ਲਗਭਗ 600 ਜਿਹੜੇ ਪੋਜ਼ਿਟਿਵ ਮਾਮਲੇ ਆਏ ਆ, ਔਰ ਜਿਹੜਾ ਲੋਕਡਾਊਨ ਬਿਲਕੁਲ ਬਰਕਰਾਰ ਹੈ ਔਰ ਉਸ ਨੂੰ ਕਲਪ ਦੀ ਤਰ੍ਹਾਂ ਹੀ ਵਰਤਿਆ ਜਾ ਰਿਹਾ। ਹਾਂਜੀ, ਔਰ ਉਸ ਦੇ ਨਾਲ ਅੱਜ ਸਰਕਾਰ ਹੈ ਜਿਹੜੀ ਉਹ ਕੁਛ ਰਾਇਤਾਂ ਦੇਣ ਦੇ ਸੰਬੰਧ ਵਿੱਚ ਵੀ ਅੱਗੇ ਆਈ ਹੈ ਕਿ ਜਿਹੜਾ ਕੁਛ ਲੋਕਾਂ ਨੂੰ ਰਾਇਤਾਂ ਦਿੱਤੀਆਂ ਜਾਣ, ਹਾਂਜੀ ਖਾਤਿਆਂ ਵਿੱਚ ਪੈਸੇ ਪਾਉਣ। ਪਰ ਇਹ ਲੱਗਦਾ ਨਹੀਂ ਹਕੀਕਤ ਥੱਲੇ ਤੱਕ ਆਊਗੀ। ਆਉਣ ਵਾਲਾ ਸਮਾਂ ਜਿਹੜਾ ਹੈ, ਜਿਹੜੇ 7-8 ਦਿਨ ਉਹ ਭਾਰਤ ਵਾਸਤੇ ਜਿਹੜੇ ਆ ਉਹ ਬੜੇ ਹੀ ਭਿਆਨਕ, ਜਾਂ ਲਾ ਲਓ ਜਾਂ ਟੈਨਸ਼ਨ ਵਾਲੇ ਦਿਨ ਆ। ਜਿਹੜੇ ਆਉਣ ਵਾਲਾ ਇੱਕ ਹਫ਼ਤਾ ਕਿ ਪਤਾ ਨਹੀਂ ਇੱਥੇ ਕੀ ਹੋ ਜਾਣਾ। ਜਿਹੜੀਆਂ ਰਿਪੋਰਟਾਂ ਨੇ ਉਹ ਇੱਕਦਮ ਜੇ ਦੇਖਿਆ ਜਾਵੇ ਜਿਹੜੀ ਸਪੀਡ ਆ ਉਹ ਬਿਲਕੁਲ ਸਲੋ ਆ ਹਾਂਜੀ, ਮਰੀਜ਼ਾਂ ਦੀ ਪੋਜ਼ ਜੇ ਆਬਾਦੀ ਦੇ ਹਿਸਾਬ ਨਾਲ ਲਾਈ ਜਾਵੇ। ਪਰ ਆਉਣ ਵਾਲੇ ਦਿਨ ਕਿੰਨੇ ਕੁ ਭਿਆਨਕ ਹੋਣਗੇ ਇਸ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ। ਕਿਰਪਾ ਸਿੰਘ ਜੀ, ਜਿੱਦਾਂ ਜਿਹੜੇ ਆ ਪਿਛਲੇ 2-3 ਦਿਨ ਗਏ ਆ, ਪੁਲਿਸ ਦੀ ਜਿਹੜੀ ਆ ਕਾਰਵਾਈ ਆ ਉਹ ਬਹੁਤ ਹੀ ਨਿੰਦਣਯੋਗ ਸੀਗੀ ਲੋਕਾਂ ਨੂੰ, ਮਤਲਬ ਇੱਥੋਂ ਤੱਕ ਕਿ ਔਰਤਾਂ ਨੂੰ ਵੀ ਨਹੀਂ ਸੀ ਬਖਸ਼ਿਆ ਜਾ ਰਿਹਾ। ਅਤੇ ਇਹਦੇ ਵਿੱਚ ਮਤਲਬ ਕਈ ਲੋਕ ਲੋੜਵੰਦ ਸੀ, ਇੱਕ ਮੈਂ ਦੇਖਦਾ ਸੀ ਛੋਟਾ ਜਿਹਾ ਬੱਚਾ ਉਹਦੀ ਬਾਂਹ ਟੁੱਟੀ ਹੋਈ ਆ, ਉਹਨੂੰ ਲਿਜਾਣਾ ਚਾਹੁੰਦੇ ਆ ਅਤੇ ਉਹਨੂੰ ਵੀ ਜਿੱਦਾਂ ਹਸਪਤਾਲ ਨਹੀਂ ਜਾਣ ਦਿੱਤਾ ਜਾ ਰਿਹਾ। ਪਰ ਜਿੱਥੇ ਕੋਈ ਐਮਰਜੈਂਸੀ ਆ ਵੀ ਉੱਥੇ ਕਿਉਂ ਰੋਕਿਆ ਜਾ ਰਿਹਾ ਜਾਂ ਉਹਨਾਂ ਨੂੰ ਕਿਉਂ ਇੱਦਾਂ ਕੀਤਾ ਜਾ ਰਿਹਾ, ਵੀ ਇਹਦੇ 'ਚ ਹੁਣ ਕੋਈ ਫਰਕ ਪਿਆ ਜਾਂ ਹਾਲੇ ਵੀ ਉੱਦਾਂ ਹੀ ਆ? ਹਾਂਜੀ, ਪਹਿਲਾਂ ਜੇ ਆਪਾਂ ਗੱਲ ਕਰੀਏ ਪਿਛਲੇ 2-3 ਦਿਨ ਆਇਆ ਸੀ ਲੋਕਡਾਊਨ ਹੋਇਆ ਪੰਜਾਬ ਦਾ, ਤੇ ਉਸ ਐਲਾਨ ਹੋਇਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਖਬਰਾਂ ਦੀ ਪੈ ਗਈ। ਜਿਹੜੇ ਜ਼ਿਲ੍ਹੇ ਦੇ ਪ੍ਰਸ਼ਾਸਨ ਸੀ, ਜਿਹੜੇ DC ਸਾਹਿਬਾਨ ਸੀ, ਲੋਕਾਂ ਨੂੰ ਉਹਨਾਂ ਇੱਕਦਮ ਜਿਹੜੀ ਪਹਿਲਾਂ ਉਹਨਾਂ ਨੇ ਸੋਚ ਵੀ ਘੁੱਟ ਕੇ ਲਾਓ ਜਿਵੇਂ ਮਰਜ਼ੀ ਕਰੋ, ਇਹਨਾਂ ਨੂੰ ਅੰਦਰ ਵਾੜੋ ਲੋਕਾਂ ਨੂੰ, ਠੀਕ ਹੈ। ਔਰ ਦੌਰਾਨ ਜਿਹੜਾ ਅਣਮਨੁੱਖੀ ਜਿਹੜਾ ਵਰਤਾਰਾ ਹੋਇਆ ਪੁਲਿਸ ਵੱਲੋਂ, ਉਹ ਜਿਹੜਾ 2 ਦਿਨ ਉਸ ਤੇ ਬੜੀ ਚਰਚਾ ਹੋਈ, ਲੋਕਾਂ ਨੇ ਬਹੁਤ ਨਿੰਦਿਆ ਕੀਤੀ, ਜਿਵੇਂ ਆਪਾਂ ਵੀ ਆਪਣੇ ਚੈਨਲ ਤੋਂ ਵਾਰ ਵਾਰ ਲੋਕਾਂ ਕਹਿ ਰਹੇ ਸੀ। ਔਰ ਜਿਵੇਂ ਕਮਰ ਸਾਹਿਬ ਦੀ ਵੀਡੀਓ ਆਉਂਦੀ ਜੀ, ਇੱਕ ਭੈਣ ਜਿਹੜੀ ਬੀਬੀ ਉਸਨੂੰ ਕੁੱਟਿਆ ਗਿਆ, ਉਹਦੇ ਪਤੀ ਦਾ ਨੱਕ ਵੀ ਤੋੜਿਆ ਗਿਆ ਔਰ ਘਰ ਵਾਲੇ ਨੂੰ ਕੁੱਟਿਆ ਗਿਆ, ਜੇ ਮੈਡੀਸਨ ਲੈਣ ਜਾ ਰਹੇ ਸੀ। ਹਾਂਜੀ ਹਾਂਜੀ, ਔਰ ਕਾਫੀ ਇੱਕ ਛੋਟਾ ਬੱਚਾ ਉਸਨੂੰ ਕੱਚੇ ਰਾਹ ਦੇ ਉੱਪਰ ਵੇਖਿਆ, ਇੱਕ ਪਾਈ ਦੇ ਉੱਤੇ ਉਹਨੂੰ ਪੁੱਠਾ ਕਰਕੇ, ਉਹਦੇ ਉਹ ਤਲੀਆਂ ਘੁੱਟਦੇ ਪਏ, ਵੇਖੋ ਤੁਸੀਂ ਪੁੱਠੀ ਕਰਕੇ ਪੁਲਿਸ ਵਾਲੇ। ਉਸਦੀ ਬਹੁਤ ਤੇ ਜਨਤਾ ਦੇ ਵਿੱਚ ਜਿਹੜਾ ਮੈਸੇਜ ਸੀ ਗਲਤ ਗਿਆ। ਪਰ ਜਿਹੜੇ ਹਾਲਾਤ ਵੇਖੇ ਜਾਈਏ, ਉਹ ਜਿਹੜੀ ਅੱਜ ਸਥਿਤੀ ਸੀ ਉਹ ਥੋੜੀ ਜਿਹੀ ਜਿਹੜੀ ਸਖਤੀ ਹੋਵੇ ਜਾਂ ਬਰਕਰਾਰ ਸੜਕਾਂ ਉੱਤੇ ਬਿਲਕੁਲ ਨਾਕਾ ਛਾਇਆ ਹੋਇਆ, ਪਰ ਜਿਹੜਾ ਥੋੜਾ ਜਿਹਾ ਰਾਇਤ ਦਿੱਤੀ ਗਈ ਉਹਨਾਂ ਨੂੰ ਆਪਣਾ, ਜਿਹੜੇ ਅੱਜ ਉਹਨਾਂ ਅਫੀਸਰ ਸਾਹਿਬਾਨ ਦੀਆਂ ਵਾਰ ਵਾਰ ਵੀਡੀਓ ਆਈਆਂ, ਉਹਨਾਂ ਨੇ ਅਨਾਊਂਸਮੈਂਟ ਆਈਆਂ ਵੀ ਭਾਈ ਇੰਨੀ ਸਖਤੀ ਨਾ ਕਰੋ। ਉਹ ਵੀ ਉਹਨਾਂ ਨਾਲ ਨਾਲ ਇਹ ਵੀ ਮੈਂਸ਼ਨ ਕੀਤੀ ਗੱਲ ਕਿ ਆਪਣਾ ਜਿਹੜਾ ਅਕਸ਼ੇ ਉਹ ਜਨਤਾ ਦੇ ਵਿੱਚ ਬੜਾ ਥਾਂ ਥਾਂ ਦੇ ਨਾਕੇ ਸੜਕਾਂ ਦੇ ਟਰੱਕ ਲਾ ਦਿੱਤੇ, ਉੱਥੋਂ ਬਿਲਕੁਲ ਕਾਰਾਂ ਵੀ ਲੰਘਦੀਆਂ ਪਈਆਂ,
ਤੇ ਰਸਤੇ ਬੰਨੇ ਹੋਏ ਥਾਂ ਥਾਂ ਤੇ ਧਰਤੀ ਪੂਰਿਆ ਔਰ ਪੰਜਾਬ ਲੈ ਕੇ ਕਸਬੇ ਬਿਲਕੁਲ ਸੁੰਨਸਾਨ ਪਿੰਡ ਸੀ ਸੁੰਨਸਾਨ ਹੋਏ ਪਏ। ਤੇ ਆਪਣੇ ਕਿਰਪਾ ਸਿੰਘ ਜੀ, ਜਿੱਦਾਂ ਹੁਣ ਪੁਲਿਸ ਨੇ ਤੁਸੀਂ ਕਿਹਾ ਵੀ ਥੋੜ੍ਹਾ ਜਿਹਾ, ਜਿੱਦਾਂ ਹੁਣ ਜਿਹੜੇ ਲੋਕੀ ਇੱਕ ਅੰਮ੍ਰਿਤਸਰ ਦੀ ਵੀਡੀਓ ਮੈਂ ਦੇਖਦਾ ਸੀਗਾ, ਮਤਲਬ ਆਪਾਂ ਉੱਥੇ ਦੀ ਰਿਪੋਰਟ ਸੀਗੀ ਤੇ ਪਸ਼ੂਆਂ ਨੂੰ ਜਿੱਦਾਂ ਮਤਲਬ ਜਿਹੜਾ ਡੰਗਰ ਆ, ਜਿੱਦਾਂ ਹੁਣ ਕਈਆਂ ਨੇ ਡੇਅਰੀਆਂ ਆ ਉਹਨਾਂ ਕੋਲ ਪਸ਼ੂਆਂ ਨੂੰ ਕੋਲ ਪੱਠਾ ਤੱਥਾ ਹੀ ਹੈ ਨੀਗਾ ਨਾ, ਜਿੱਦਾਂ ਕਿ ਉਹ ਜੇ ਸ਼ਹਿਰ 'ਚ ਜਿਹੜੇ ਲੋਕ ਵੇਚਣ ਆਉਂਦੇ ਸੀ ਉਹ ਆ ਨਹੀਂ ਰਹੇ, ਤੇ ਮਤਲਬ ਪਸ਼ੂ ਵੀ ਕਈਆਂ ਕਈਆਂ ਦਿਨਾਂ ਤੋਂ ਭੁੱਖੇ ਆ। ਉਹਨਾਂ ਨੇ ਬੜਾ ਕੈਪਟਨ ਨੂੰ ਮਤਲਬ ਬੁਰਾ ਭਰਾ ਵੀ ਕਿਹਾ ਜਾਂ ਸਰਕਾਰ ਨੇ ਵੀ ਤੁਸੀਂ ਇੱਦਾਂ ਤੁਹਾਨੂੰ ਪਹਿਲਾਂ ਪ੍ਰਬੰਧ ਕਰਨਾ ਚਾਹੀਦਾ ਜਾਂ ਕਰਨਾ ਚਾਹੀਦਾ ਵੀ ਜੇ ਹੁਣ ਜਿਹੜਾ ਬੇਜਬਾਨ ਆ ਪਸ਼ੂ ਆ, ਚਲੋ ਭੁੱਖਾ ਤਾਂ ਭੁੱਖ ਤਾਂ ਨਾ ਬੰਦਾ ਹੀ ਕੱਟ ਸਕਦਾ ਨਾ ਪੰਛੀ ਨਾ ਕੋਈ ਵੀ ਨਹੀਂ ਕੱਟ ਸਕਦਾ, ਤੇ ਉਹਦੇ ਲਈ ਕੋਈ ਰਾਇਤ ਜਾਂ ਸਰਕਾਰ ਨੇ ਕੋਈ ਪ੍ਰਬੰਧ ਕਰਨੇ ਸ਼ੁਰੂ ਕੀਤੇ ਜਾਂ ਨਹੀਂ ਹਾਲੇ? ਬਿਲਕੁਲ ਜਿਵੇਂ ਮੈਂ ਕਿਹਾ ਜਦੋਂ ਉੱਪਰੋਂ ਔਰ ਨਾਲ ਦੀ ਨਾਲ ਇੱਕਦਮ ਹਸਪਤਾਲਾਂ ਵੀ ਲੈ ਕੇ ਸਾਰਾ ਕੁਛ ਬੰਦ ਕਰਤਾ, ਲੋਕਾਂ ਦਾ ਹੁੱਕਾ ਪਾਣੀ ਲੋਕਾਂ ਨੂੰ ਹਾਂਜੀ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਕਿ ਹੁਣ ਜੋ ਜਨਤਾ ਦਾ ਇੱਕ SSP ਸਾਹਿਬ ਦਾ ਬਿਆਨ ਵੀ ਆਇਆ ਸੀ ਕਿ ਇਵੇਂ ਕਰੋਗੇ ਤੇ ਆਪਣੇ ਤੋਂ ਜਨਤਾ ਨੂੰ ਜੇ ਜਨਤਾ ਨੇ ਵਿਰੋਧ ਸ਼ੁਰੂ ਕਰਤਾ ਤੇ ਆਪਣੇ ਤੋਂ ਸੰਭਾਲ ਦੀ ਜਿਹੜੀ ਸਥਿਤੀ ਔਖੀ ਹੋ ਜਾਊਗੀ। ਉਸ ਦੇ ਮੱਦੇਨਜ਼ਰ ਅੱਜ ਥੋੜ੍ਹੀ ਜਿਹੀ ਸਹੂਲਤ ਜ਼ਰੂਰ ਮਿਲੀ ਪੰਜਾਬੀਆਂ ਨੂੰ, ਪਰ ਜੇ ਗੱਲ ਪੰਜਾਬ 'ਚ ਕੀਤੀ ਜਾਵੇ ਕੇਸਾਂ ਦੀ ਉਹ ਵੀ ਕੋਈ ਬਹੁਤ ਵਧੀਆ ਹਾਲਾਤ ਕਾਬੂ ਵਿੱਚ ਨੇ, ਕਿਉਂਕਿ ਅੱਜ 2 ਕੇਸ ਹੀ ਨਵੇਂ ਆਏ। ਹੁਣ ਜਿਹੜੀ ਕੁੱਲ ਸਥਿਤੀ ਹੋ ਗਈ ਪੰਜਾਬ ਵਿੱਚ, ਔਰ ਇੱਕ ਮੌਤ ਜਿਹੜੀ ਪਹਿਲਾਂ ਹੋਈ ਸੀ ਉਸ ਦੇ ਚੱਲਦੇ ਹਾਂਜੀ ਬਿਲਕੁਲ ਕੋਰੋਨਾ ਦੇ ਹਾਲਾਤ ਕਾਬੂ ਨੇ, ਔਰ ਇੱਕ ਜਿਹੜੀ ਸਰਕਾਰ ਡੋਰ ਟੂ ਡੋਰ ਰਾਸ਼ਨ ਦੀ ਕਰ ਰਹੀ ਵੀ ਅਸੀਂ ਡੋਰ ਟੂ ਡੋਰ ਲੋਕਾਂ ਨੂੰ ਸਬਜ਼ੀਆਂ ਆਪਣਾ ਰਾਸ਼ਨ ਮੈਡੀਕਲ ਸਹੂਲਤਾਂ ਉਹ ਕਿਤੇ ਨਾ ਕਿਤੇ ਹਾਲੇ ਜੇ ਅੱਜ ਦੀ ਡੇਟ ਦੇ ਕਰਕੇ ਨਾਕਾਮ ਆ, ਪਰ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਉਹ ਕਿੰਨਾ ਕੁ ਕਾਰਗਰ ਹੁੰਦਾ ਹੈ ਜਿਹੜਾ ਡੋਰ ਟੂ ਡੋਰ। ਪਰ ਉਸ ਤੇ ਮੈਂ ਇੱਕ ਗੱਲ ਹੋਰ ਮੈਂਸ਼ਨ ਧਾਰਮਿਕ ਸੰਸਥਾਵਾਂ ਤੇ ਜਿਹੜੇ ਸੰਤ ਮਹਾਂਪੁਰਸ਼ਾਂ ਦਾ ਬੜਾ ਸੰਜੋਗ ਚੱਲ ਰਿਹਾ ਜੀ। ਲਖਵਿੰਦਰ ਸਿੰਘ ਜੀ, ਤੁਸੀਂ ਵੀ ਇੱਕ ਰਿਪੋਰਟ ਸਵੇਰੇ ਕੀਤੀ ਸੀਗੀ ਕੋਈ ਰਾਤ ਦੇ ਹਸਪਤਾਲ ਦੀ ਸੀਗੀ, ਜਿੱਥੇ ਉਹਨਾਂ ਦੇ ਕੋਲ ਮਤਲਬ ਸਿਵਲ ਹਸਪਤਾਲ ਦੇ ਕੋਲ ਜਿਹੜਾ ਸਰਕਾਰੀ ਹਸਪਤਾਲ ਹੈ ਉਹਨਾਂ ਕੋਲ ਸਾਜੋ ਸਮਾਨ ਨਹੀਂ ਹੈਗਾ, ਇੱਥੋਂ ਤੱਕ ਕਿ ਥਰਮਾਮੀਟਰ ਨਹੀਂ ਹੈ। ਬਿਲਕੁਲ ਜੀ, ਪਹਿਲਾਂ ਤੋਂ ਪੰਜਾਬ ਦੇ ਵਿੱਚ ਰਹਿਣ ਵਾਲੇ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਸਾਵਧਾਨੀਆਂ ਬਹੁਤ ਜ਼ਰੂਰੀ ਆ। ਉਹਦਾ ਰੀਜ਼ਨ ਇਹ ਆ ਕਿ ਇੱਥੇ ਜਿਹੜਾ ਹੈਲਥ ਸਿਸਟਮ ਆ ਇਹਨਾਂ ਦੇ ਕੋਲ ਰਾਤ ਇੱਕ ਸਾਡੇ ਕੋਲ ਕੇਸ ਆਇਆ ਸੀ ਕਿ ਕਿਸੇ ਬੰਦੇ ਨੂੰ ਬੁਖਾਰ ਸੀਗਾ ਬਹੁਤ ਜ਼ਿਆਦਾ ਟੈਂਪਰੇਚਰ, ਠੀਕ ਹੈ। ਸੋ ਜਿਹੜਾ ਪਹਿਲਾਂ ਤਾਂ ਪ੍ਰਸ਼ਾਸਨ ਉਹਨਾਂ ਨੂੰ ਜਾਣ ਨਹੀਂ ਸੀ ਦੇ ਰਿਹਾ, ਕੋਈ ਡਾਕਟਰ ਜਿਹੜੇ ਫੋਨ ਨਹੀਂ ਉਠਾ ਰਹੇ ਜਾਂ ਮਿਲ ਨਹੀਂ ਸੀ ਰਿਹਾ, ਅਸੀਂ ਜਾ ਕੇ ਸਿਵਲ ਹਸਪੀਟਲ ਲੈ ਕੇ ਗਏ ਫਿਰੋਜ਼ਪੁਰ। ਅੱਛਾ ਜੀ। ਉੱਥੇ ਗਏ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਕੋਲ ਜਿਹੜਾ ਥਰਮਾਮੀਟਰ ਨਹੀਂ ਹੈਗਾ। ਮੈਂ ਜਦੋਂ ਉਹਨਾਂ ਨੂੰ ਕਿਹਾ ਟੈਂਪਰੇਚਰ ਚੈੱਕ ਕਰੋ, ਇਹ ਸਾਡੇ ਕੋਲ ਥਰਮਾਮੀਟਰ ਨਹੀਂ ਹੈਗਾ, ਤੁਸੀਂ ਬਾਹਰੋਂ ਲੈ ਆਓ। ਅੱਛਾ। ਉਹਨਾਂ ਨੇ ਗੱਲ ਕਹੀ ਕਿ ਹੁਣ ਤਾਂ ਰਾਤ ਦੇ 10 ਵੱਜ ਗਏ ਆ, ਦਿਨੇ ਮੈਡੀਕਲ ਟੋਟਲੀ ਬੰਦ ਆ, ਠੀਕ ਹੈ, ਥਰਮਾਮੀਟਰ ਕਿੱਥੋਂ ਮਿਲੂਗਾ। ਦੇਖਣ ਦੇ ਵਿੱਚ ਇਹ ਗੱਲ ਸਾਹਮਣੇ ਆਈ, ਡਾਕਟਰ ਨੇ ਆਪ ਐਡਮਿਟ ਕੀਤਾ ਕਿ ਸਾਡੇ ਕੋਲ ਪ੍ਰੋਪਰ ਜਿਹੜੇ ਸਾਧਨ ਨਹੀਂ ਹੈਗੇ, ਸਾਨੂੰ ਮਾਸਕਾਂ ਦੀ ਪ੍ਰੋਬਲਮ, ਸਾਡੇ ਕੋਲ ਥਰਮਾਮੀਟਰ ਨਹੀਂ ਹੈਗੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਹੜਾ ਹੈਲਥ ਸਿਸਟਮ ਆ ਬਹੁਤ ਹੀ ਕਮਜ਼ੋਰ ਆ, ਕਿਉਂਕਿ ਜਿਹੜੀ ਹਸਪਤਾਲਾਂ ਦੀ ਦੁਰਦਸ਼ਾ ਵਾ ਉੱਥੇ ਇਹਨਾਂ ਕੋਲ ਜਦੋਂ ਥਰਮਾਮੀਟਰ ਨਹੀਂ ਹੈਗੇ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੈਂਟੀਲੇਟਰ ਤਾਂ ਬੜੀ ਦੂਰ ਦੀਆਂ ਗੱਲਾਂ ਵਾ, ਜਾਂ ਹੋਰ ਜਿਹੜੇ ਉਪਕਰਨ ਆ ਉਹ ਤਾਂ ਬਹੁਤ ਦੂਰ ਦੀਆਂ ਗੱਲਾਂ। ਠੀਕ ਹੈ। ਤੇ
ਇੱਕ ਜਿੱਦਾਂ ਇਹ ਵੀ ਦੇਖਿਆ ਸੀਗਾ ਜਿਹੜੀ ਰਿਪੋਰਟ ਤੁਸੀਂ ਅੱਜ ਸਵੇਰੇ ਪੇਸ਼ ਕੀਤੀ ਆ ਕਿ ਜਿਹੜਾ SDM ਦੇ ਕੋਲ ਜਾ ਕੇ ਲੋਕ ਉੱਥੋਂ ਮਤਲਬ ਆਪਣੇ ਕਾਰਡ ਬਣਾਉਣਾ ਚਾਹੁੰਦੇ ਆ ਜਾਂ ਕਈ ਉੱਦਾਂ ਹੀ ਮੋਟਰਸਾਈਕਲਾਂ 'ਤੇ ਤੁਰੇ ਫਿਰਦੇ ਆ, ਉਹ ਸਾਰੇ ਵਾਕਿਆ ਲੋੜਵੰਦ ਆ, ਕਾਰਡ ਉਹਨਾਂ ਨੂੰ ਹੋਣੇ ਚਾਹੀਦੇ ਆ ਜਾਂ ਕਿ ਸਿਰਫ ਡਰਾਮਾ ਹੀ ਕਰ ਰਹੇ ਆ? ਬਿਲਕੁਲ ਜੀ, ਇਹ ਅਸਲ ਦੇ ਵਿੱਚ ਇਹਨਾਂ ਨੇ ਕੁਛ ਜਿਹੜੇ ID ਕਾਰਡ ਬਣਾਉਣੇ ਸ਼ੁਰੂ ਕੀਤੇ ਆ, ਜਿਹੜੇ ਲੋਕ ਜਿੱਦਾਂ ਦੁੱਧ ਵੇਚਣ ਵਾਲੇ ਆ, ਪਿੰਡਾਂ 'ਚ ਦੁੱਧ ਲੈ ਕੇ ਜਾਣ ਵਾਲੇ, ਉਹਨਾਂ ਦੇ ਜਾਂ ਕਰਿਆਨਾ ਵੇਚਣ ਵਾਲਿਆਂ ਦੇ। ਸੋ ਇਸ ਤਰ੍ਹਾਂ ਜੇ ਕਿਸੇ ਨੇ ਬਾਹਰਲੀ ਬਾਹਰਲੇ ਜ਼ਿਲ੍ਹੇ 'ਚ ਜਾਣਾ ਵਾ, ਤੁਸੀਂ ਬਾਹਰਲੇ ਜ਼ਿਲ੍ਹੇ 'ਚੋਂ ਜਿੱਦਾਂ ਅੱਜ ਇਹਨਾਂ ਨੇ ਅਨਾਊਂਸ ਕੀਤਾ ਕਿ ਟਰਾਂਸਪੋਰਟ ਆ ਸਕਦੀ ਆ, ਠੀਕ, ਕਿਸੇ ਨੇ ਮੈਡੀਸਨ ਲੈਣ ਜਾਣਾ, ਲੁਧਿਆਣੇ ਜਾਣਾ ਜਾਂ ਖੰਨੇ ਜਾਣਾ, ਮਤਲਬ ਦੇਖੋ ਜੀ ਲੋਕ ਚੰਗੇ ਭੱਲੇ ਆ, ਇਹਨਾਂ ਨੂੰ ਕੋਈ ਮਤਲਬ ਜਿਹੜਾ ਪਰਮਿਸ਼ਨ ਲੈਟਰ ਜਿਹੜਾ ਚਾਹੀਦਾ ਨਹੀਂ ਹੈ, ਸਿਰਫ ਫੇਰੇ ਤੋਰੇ ਲਈ ਆ। ਜਦੋਂ ਕਿ ਇੱਕ ਵਿਅਕਤੀ ਨੂੰ ਜਿਹਨੂੰ ਤੁਸੀਂ ਇੰਟਰਵਿਊ ਕਰ ਰਹੇ ਹੋ ਕਿ ਮੈਂ ਕਹਿ ਰਿਹਾ ਮੈਂ ਸ਼ੂਗਰ ਦਾ ਮਰੀਜ਼ ਹਾਂ ਤੇ ਮੈਨੂੰ ਖਰਾ ਕਿਹੜੇ ਜ਼ਿਲ੍ਹੇ ਤੋਂ ਮਤਲਬ ਦਵਾ ਲੈਣ ਵੀ ਜਾਣਾ ਪੈ ਰਿਹਾ? ਡਾਕਟਰ ਹੈਗੇ ਆ ਉਹ ਵੀ ਜਿਹੜਾ ਆਪਣਾ ਦੁਕਾਨਾਂ ਤੇ ਜਾਂ ਉਹਨਾਂ ਦੇ ਹੋਸਪਿਟਲ ਤੇ ਨਹੀਂ ਬੈਠ ਰਹੇ, ਤੇ ਲੋਕਾਂ ਨੂੰ ਬਹੁਤ ਵੱਡੀ ਪਰੇਸ਼ਾਨੀ, ਮੈਡੀਕਲ ਜਿਹੜੇ ਆ ਪ੍ਰੋਪਰ ਬੰਦ ਆ, ਬਹੁਤ ਪਰੇਸ਼ਾਨ ਵੀ ਹੈ। ਲਖਵਿੰਦਰ ਸਿੰਘ ਜੀ, ਜਿੱਦਾਂ ਹੁਣ ਜਿਹੜੀ ਕਰੋਨਾ ਚੈੱਕ ਕਰਨ ਲਈ ਕਿੱਟ ਚਾਹੀਦੀ ਆ ਜਾਂ ਇਹ, ਚਲੋ ਵੈਂਟੀਲੇਟਰ ਤਾਂ ਬਹੁਤ ਦੂਰ ਦੀ ਗੱਲ ਆ, ਕਿੱਟ ਵਗੈਰਾ ਜਾਂ ਜਿਹਨਾਂ ਨੂੰ ਲੋਕਾਂ ਨੂੰ ਹੈਗਾ ਆ ਉਹਨਾਂ ਦੀ ਚੈਕਿੰਗ ਕਰਨੀ ਆ, ਕੁਛ ਦੇਖਣਾ ਆ, ਉਹ ਚੀਜ਼ਾਂ ਵੀ ਹਾਲੇ ਮਤਲਬ ਸਰਕਾਰ ਵੱਲੋਂ ਕੋਈ ਮਤਲਬ ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ, ਕੋਈ ਪ੍ਰੋਵਾਈਡ ਨਹੀਂ ਕੀਤੀਆਂ ਗਈਆਂ ਕਿਸੇ ਨੂੰ? ਜੇ ਮੰਨ ਲਓ ਰੱਬ ਨਾ ਕਰੇ ਹਾਲੇ ਤੁਸੀਂ ਕਹਿੰਦੇ ਬਈ ਗੁਰੂ ਮਹਾਰਾਜ ਦੀ ਕਿਰਪਾ ਆ ਬਈ ਉਹ ਗੱਲ ਨਹੀਂ, ਜਿੱਦਾਂ ਬਈ ਉਹਨੀ ਜ਼ੋਰ ਕਰੋਨਾ ਨੇ ਨਹੀਂ ਨਹੀਂ ਫੜਿਆ ਪੰਜਾਬ 'ਚ ਜਿੰਨਾ ਹੋ ਸਕਦਾ ਸੀ, ਜਿੰਨਾ ਖਤਰਾ ਸੀਗਾ, ਪਰ 22 ਦੀ ਵੀ ਜੇ ਹੋ ਜਾਏ ਤਾਂ ਫਿਰ ਕੀ ਪ੍ਰਬੰਧ ਆ? ਦੇਖੋ ਜੀ, ਇਹਦੇ ਵਿੱਚ ਜਿਹੜੀ ਪ੍ਰਬੰਧ ਵਾਲੀ ਗੱਲ ਤਾਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਇੱਥੇ ਹੋਸਪਿਟਲਾਂ ਦੇ ਵਿੱਚ, ਸਿਵਲ ਹੋਸਪਿਟਲਾਂ ਦੇ ਵਿੱਚ ਪ੍ਰਬੰਧ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਜਿਹੜੀ ਗੱਲ ਆਉਂਦੀ ਆ ਵੈਂਟੀਲੇਟਰ ਜਾਂ ਹੋਰ ਜਿਹੜੇ ਸਾਧਨ ਆ, ਮੈਂ ਇਹੀ ਸਮਝਦਾ ਕਿ ਬਿਲਕੁਲ ਵੀ ਪ੍ਰਬੰਧ ਨਹੀਂ, ਕਿਉਂਕਿ ਇਟਲੀ ਵਰਗੇ ਦੇਸ਼ ਜਾਂ ਚਾਈਨਾ ਵਰਗੇ ਦੇਸ਼ ਜਿੱਥੇ ਬੜੇ ਤਕੜੇ ਪ੍ਰਬੰਧ ਆ, ਕੁਛ ਜਦੋਂ ਬਿਮਾਰੀ ਬੜੀ ਤੇਜ਼ੀ ਨਾਲ ਫੈਲੀ ਤੇ ਉਹ ਉਹਨਾਂ ਦੇ ਵੀ ਕੰਟਰੋਲ ਤੋਂ ਬਾਹਰ ਹੋ ਗਿਆ। ਮੈਂ ਜੇ ਕਿਤੇ ਇੰਡੀਆ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਲੋਕ ਜਿਹੜੇ ਇਹਦਾ ਸ਼ਿਕਾਰ ਹੁੰਦੇ ਆ, ਇਹ ਬਹੁਤ ਵੱਡੀ ਜਿਹੜੀ ਤਬਾਹੀ ਹੋਊਗੀ ਇੱਥੋਂ ਦੇ ਲੋਕਾਂ ਦੀ। ਤੇ ਜਿਹੜੀ ਆਪਾਂ ਟੈਸਟ ਦੀ ਗੱਲ ਕਰਦੇ ਹਾਂ, ਟੈਸਟ ਜਿਹੜਾ ਦੇ ਵਿੱਚ ਡੇਲੀ ਸੀਗਾ, ਅੱਗੇ 100 ਟੈਸਟ ਹੋ ਸਕਦਾ। ਇਹ ਜਿਹੜੀਆਂ ਲੈਬਸ ਆ ਹਜੇ ਕੋਈ ਸਟੈਬਲਿਸ਼ ਕਰ ਨਹੀਂ ਰਹੇ, ਸੁਣੀ ਸੀ ਜਿੱਦਾਂ ਲੁਧਿਆਣੇ ਦੇ ਵਿੱਚ ਇੱਕ ਕੋਸ਼ਿਸ਼ ਕਰ ਰਹੇ ਆ, ਹਜੇ ਕੋਈ ਤਿਆਰ ਨਹੀਂ ਹੋਈ। ਇਹਦੇ ਤੇ ਮੈਂ
ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਿੱਦਾਂ ਦੱਖਣੀ ਕੋਰੀਆ ਨੇ ਜਦੋਂ ਚਾਈਨਾ ਦੇ ਵਿੱਚ ਪ੍ਰੋਬਲਮ ਆਈ ਸੀ, ਉਹਨਾਂ ਨੂੰ ਪਤਾ ਸੀ ਇਹਦੀ ਵੈਕਸੀਨ ਨਹੀਂ ਬਣੀ ਹਜੇ, ਹਾਂਜੀ ਉਹਨਾਂ ਨੇ ਲਾਇਆ ਜਿਹੜੀਆਂ ਲੈਬ ਸਟੈਬਲਿਸ਼ ਕੀਤੀਆਂ ਸੀ, ਤੇ ਅੱਜ ਦੀ ਤਰੀਕ ਦੇ ਵਿੱਚ ਉਹ 20 ਤੋਂ 30 ਹਜ਼ਾਰ ਜਿਹੜਾ ਬੰਦਾ ਵਾ ਹਾਂ ਉਹਦੇ ਟੈਸਟ ਲਈ ਰਹੇ ਆ ਪਿੰਡਾਂ ਦੇ ਵਿੱਚ, ਮਤਲਬ ਕਸਬਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕੈਂਪ ਲਾ ਕੇ ਹਰ ਹਾਂਜੀ ਜਿਹੜਾ ਨਾਗਰਿਕ ਟੈਸਟ ਜ਼ਰੂਰੀ ਕਰਤਾ। ਠੀਕ ਹਾਂਜੀ, ਮੈਂ ਇੱਥੇ ਦੋ ਗੱਲਾਂ ਐਡ ਕਰਨਾ ਚਾਹੁੰਦਾ। ਪਹਿਲਾਂ ਆਪਾਂ ਜੇ ਗੱਲ ਕਰੀਏ ਟੈਸਟ ਦੀ, ਜਿਹੜਾ ਹਾਂ ਇੰਡੀਆ ਦੇ 4500 ਰੁਪਏ ਦਾ ਜਿਹੜਾ ਜੇ ਕਿਸੇ ਨੇ ਪ੍ਰਾਈਵੇਟ ਬਾਹਰੋਂ ਕਰਾਉਣਾ ਹੈ ਔਰ ਜੇ ਸਰਕਾਰ ਤੋਂ ਕਰਾਉਣਾ ਹੈ ਉਹ ਹੋਣਾ ਫ੍ਰੀ, ਪਰ ਉਹਦੇ ਵਿੱਚ ਇੱਕ ਅੱਛਾ ਸ਼ਰਤ ਰੱਖੀ ਗਈ ਕਿ ਫਾਰਮ 44 ਨੰਬਰ ਫਾਰਮ ਇਸ਼ੂ ਕੀਤਾ ਸਰਕਾਰ ਨੇ, ਉਹ ਅੱਛਾ ਜਿਹੜਾ ਸਿਵਲ ਸਰਜਨ ਹੋਊਗਾ ਜਿਸ ਇਲਾਕੇ ਦਾ ਬੰਦਾ ਹੈ, ਜੇ ਉਹ ਡਾਕਟਰ ਨੂੰ ਲੱਗਦਾ ਕਿ ਇਹਨੂੰ ਟੈਸਟ ਦੀ ਲੋੜ ਹੈ ਉਹ ਫਾਰਮ ਉਹਦਾ ਭਰੂਗਾ, ਚਾਹੇ ਉਹਨੇ ਪ੍ਰਾਈਵੇਟ ਵੀ 10 ਰੁਪਇਆ ਦੇ ਕੇ ਟੈਸਟ ਕਰਾਉਣਾ ਹੈ, ਉਸ ਹਾਂ ਨੂੰ ਡਾਕਟਰ ਦੀ ਪਰਮਿਸ਼ਨ ਤੋਂ ਬਿਨਾਂ ਪ੍ਰਾਈਵੇਟ ਲੈਬ ਇਹਦਾ ਟੈਸਟ ਨਹੀਂ ਕਰ ਸਕਦੀ, ਤੇ ਸਰਕਾਰ ਨੇ ਤਾਂ ਜੋ ਫ੍ਰੀ ਟੈਸਟ ਰੱਖਿਆ, ਪਰ ਸਰਕਾਰ ਵੀ ਕਿਤੇ ਨਾ ਕਿਤੇ ਬਿਹਤਰ ਦੇ ਰੂਪ ਵਿੱਚ ਆਪਾਂ ਦੇਖੀਏ ਕਿ ਟੈਸਟ ਇਹਨੇ ਕਰ ਨਹੀਂ ਸਕਦੇ ਔਰ ਇੱਥੋਂ ਇੱਕ ਸਿੱਖਿਆ ਜ਼ਰੂਰ ਵੈਸੇ ਤਾਂ ਲੋੜ ਨੀ ਪੰਜਾਬੀਆਂ ਨੂੰ ਭਾਰਤ ਦੇ ਲੋਕਾਂ ਨੂੰ ਦੱਸਣ ਦੀ ਕਿ ਭਾਈ ਹੈਲਥ ਸਿਸਟਮ ਕਮਜ਼ੋਰ ਹੈ, ਲਗਭਗ 90% ਲੋਕ ਐਸੇ ਵਿਸ਼ਵਾਸ ਨਹੀਂ ਹੈਗਾ, ਇਹਦੇ ਵਿੱਚ ਇੱਕੋ ਹੀ ਸੇਫਟੀ ਆ ਸਿੱਖਿਆ ਮਿਲਦੀ, ਵੀ ਵੀਰੋ ਆਪਣੇ ਘਰਾਂ ਚ ਰਹੋ ਜਿੰਨੀ ਸੇਫਟੀ ਖੁਦ ਕਰ ਲਓ ਵੀ ਠੀਕ ਹੈ, ਸਰਕਾਰ ਨੂੰ ਅੱਜ ਦੀ ਡੇਟ ਵਿੱਚ ਪੂਰਾ ਪਤਾ ਹੈ ਵੀ ਜੇ ਬਿਮਾਰੀ ਅੱਗੇ ਵੱਧਦੀ ਆ ਤੇ ਇਹਨਾਂ ਦੇ ਬਿਲਕੁਲ ਹਾਲਾਤ ਖਰਾਬ ਹੋ ਜਾਣਗੇ, ਸਾਡੇ ਕੋਲ ਕੋਈ ਸਿਸਟਮ ਨਹੀਂ ਹੈਗਾ, ਕੋਈ ਲੁੱਕੀ ਛੁੱਪੀ ਗੱਲ ਨਹੀਂ ਕਿਸੇ ਤੋਂ। ਔਰ ਦੂਜਾ ਇੱਕ ਗੱਲ ਸਾਹਮਣੇ ਵੇਖਣ ਨੂੰ ਆਈ ਆ ਬੜੀ ਵੱਡੀ ਗੱਲ ਆ, ਜਿਹੜੇ ਪੰਜਾਬ ਪੁਲਿਸ ਵਾਲੇ ਜਿਵੇਂ ਬੰਦਿਆਂ ਨੂੰ ਬਾਹਰੋਂ ਆਪਾਂ ਕਹਿੰਦੇ ਸੀ ਵੀ ਉਹ ਲੁਕੇ ਹੋਏ ਨੇ ਜਾਂ ਜਿਵੇਂ ਉਹ ਇਸ ਗੱਲੋਂ ਲੁਕੇ ਸੀਗੇ ਤੇ ਲਾਜ ਨਹੀਂ ਗਏ, ਪਰ ਹੁਣ ਇਹ ਵੇਖਣ ਨੂੰ ਆਇਆ ਕਿ ਪੰਜਾਬ ਪੁਲਿਸ ਦੇ ਆਪਣੇ ਮੁਲਾਜ਼ਮ ਨੇ ਉਹ ਲੋਕਾਂ ਨੂੰ ਘਰੋਂ ਜਦੋਂ ਚੱਕਦੇ ਚੱਕ ਕੇ ਹਸਪਤਾਲ ਲੈ ਕੇ ਜਾਂਦੇ ਉਹਨੂੰ ਉਹਨਾਂ ਆਪਦੀ ਲਿਸਟ ਉਸਨੂੰ ਇਸ਼ੂ ਕੀਤੀ, ਗਵਰਨਮੈਂਟ ਨੇ ਵੀ ਕਿਹਾ ਆਹ ਬੰਦੇ ਬਾਹਰੋਂ ਆਏ ਉਹਨੂੰ ਚੱਕ ਕੇ ਲਿਆਓ, ਠੀਕ ਉਹ ਜਦੋਂ ਚੱਕ ਕੇ ਲਿਆਉਂਦੇ ਤੇ ਕੋਈ ਜਿਹੜੇ ਡਾਕਟਰ ਹਸਪਤਾਲ 'ਚ ਬੈਠੇ ਉਹਨਾਂ ਨੂੰ ਲੈਣ ਤੋਂ ਇਨਕਾਰ ਕਰ ਰਹੇ ਨੇ, ਅੱਛਾ ਜੀ ਸਾਨੂੰ ਦੱਸੋ ਐਂਬੂਲੈਂਸ ਭੇਜਾਂ ਉੱਥੇ ਜਾ ਕੇ ਵੇਖਾਂਗੇ ਬੰਦੇ ਦੇ ਹਾਲਾਤ ਕਿਵੇਂ ਆ, ਉਹਨੂੰ ਅਸੀਂ ਲੈ ਕੇ ਆਉਣਾ ਹਸਪਿਟਲ ਕਿ ਨਹੀਂ ਲੈ ਕੇ ਆਉਣਾ, ਜੇ ਤੁਸੀਂ ਇਵੇਂ ਬੰਦਿਆਂ ਨੂੰ ਚੱਕ ਕੇ ਲਿਆਉਣ ਲੱਗ ਪਏ ਤੇ ਇਹ ਤੇ ਸਾਹਮਣਾ ਔਖਾ ਜੋ ਜਿਹੜੀ ਇਹ ਇਹਨਾਂ 'ਚ ਆਪਸ 'ਚ ਤਾਣਬਾਣੀ ਬਣੀ ਹੋਈ ਹੈ, ਇਹਨਾਂ 'ਚ ਤਾਲਮੇਲ ਦੀ ਕਮੀ ਆ ਰਹੀ, ਪੰਜਾਬ ਪੁਲਿਸ ਦੇ ਜਿਹੜਾ ਹੈਲਥ ਸਿਸਟਮ ਆ ਇਹ ਵੀ ਬੜੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਅੱਜ ਦੀ ਡੇਟ 'ਚ ਪੰਜਾਬ ਦੇ। ਠੀਕ ਹੈ ਲਖਵਿੰਦਰ ਸਿੰਘ ਜੀ, ਜਿੱਦਾਂ ਬਾਹਰੋਂ ਲੋਕ ਗਏ ਵਾ, ਕਿਉਂਕਿ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਇੰਗਲੈਂਡ ਦੀ, ਗੱਲ ਕਰ ਲਈਏ ਵੀ ਅੱਜ ਵੀ ਸਾਨੂੰ ਬਹੁਤ ਟੈਲੀਫੋਨ ਆਏ ਆ ਇੱਥੋਂ ਦੇ, ਮਤਲਬ ਫੋਰਨ ਆਫਿਸ ਨੂੰ ਵੀ ਜਿੱਦਾਂ ਸੰਪਰਕ ਕੀਤਾ, ਮੈਂ ਖੁਦ ਵੀ ਜਿੱਦਾਂ ਇੱਕ ਸਾਡੇ ਇੱਕ ਦੋ ਰਿਸ਼ਤੇਦਾਰ ਇੱਥੇ ਪੰਜਾਬ 'ਚ ਆਏ ਹੋਏ ਆ, ਉਹਨਾਂ ਦੀ ਲੈਟਰ ਵੀ ਉਹ ਵੀ ਭਰ ਕੇ ਅਸੀਂ ਭੇਜੀ ਆ ਫੈਮਿਲੀ ਵੱਲੋਂ ਵੀ ਉਹਨਾਂ ਨੂੰ ਸਦੋਂ, ਤੇ ਅੱਜ ਮੈਨੂੰ ਇਹ ਪਤਾ ਲੱਗਾ ਵੀ ਘੱਟੋ ਘੱਟ 500 ਨਹੀਂ ਤੇ 1000 ਦੇ ਕਰੀਬ ਬੰਦਾ ਜਿਹੜਾ ਆ ਆਪਣੇ ਮਤਲਬ ਦੁਆਬੇ ਦੁਆਬੇ ਦੇ ਵਿੱਚ ਹੀ ਬੈਠਾ ਆ ਜਿਹੜਾ ਬਾਹਰੋਂ ਆ ਕੇ ਇੱਥੇ, ਮਤਲਬ ਇੰਗਲੈਂਡ ਕਨੇਡਾ ਅਮਰੀਕਾ ਜਾਂ ਹੋਰ ਕੰਟਰੀਆਂ ਦੇ ਵਿੱਚੋਂ ਆਇਆ, ਤੇ ਜ਼ਿਆਦਾਤਰ ਇੰਗਲੈਂਡ ਤੋਂ ਆਏ ਵਾ, ਕਿਉਂਕਿ ਇਹ ਦਿਨ ਸੀਗੇ ਟੂਰਨਾਮੈਂਟਾਂ ਦੇ, ਲੋਕ ਇਹਨਾਂ ਦਿਨਾਂ 'ਚ ਟੂਰਨਾਮੈਂਟ ਕਰਾਉਣ ਬਹੁਤ ਆਉਂਦੇ ਆ ਜਾਂ ਹੋਰ ਪ੍ਰੋਗਰਾਮ ਕਰਾਉਣ ਬਹੁਤ ਆਉਂਦੇ ਆ ਜਦੋਂ ਫਰਵਰੀ ਮਾਰਚ ਦੇ ਵਿੱਚ, ਤੇ ਉਹਨਾਂ ਦਾ ਜਿੱਦਾਂ ਸਾਲ ਦਾ ਰੂਟੀਨ ਹੁੰਦਾ ਜੀ ਉਹ ਸਾਰੇ ਇੱਥੇ ਫਸੇ ਬੈਠੇ ਆ, ਤੇ ਉਹਨਾਂ ਲਈ ਵੀ ਸਰਕਾਰ ਵੱਲੋਂ ਕੋਈ ਜਿੱਦਾਂ ਕੋਈ ਪ੍ਰਬੰਧ ਕੀਤਾ ਜਾ ਰਿਹਾ ਜਾਂ ਉਹਨਾਂ ਨੂੰ ਵਾਪਸ ਭੇਜਣ ਲਈ ਜਾਂ ਕੀ ਕੀ ਗੱਲਬਾਤ ਉਹਦੇ ਲਈ ਕੋਈ ਖਬਰ ਹੈ? ਬਿਲਕੁਲ ਜੀ, ਐਨੇ ਹਜੇ ਜਿਹੜੀ ਵਾਪਸ ਭੇਜਣ ਦੀ ਗੱਲ ਹੈ ਕਿਉਂਕਿ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਬੰਦ ਆ ਹਜੇ ਤਾਂ, ਹਾਂਜੀ ਜਿਹੜੀ ਦੂਸਰੀ ਗੱਲ ਆ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਬਹੁਤ NRI ਜਿਹੜੇ ਪੰਜਾਬ ਦੇ ਵਿੱਚ ਪਹੁੰਚੇ ਹੋਏ ਆ, ਸੋ ਮੈਂ ਇੱਥੇ ਗੱਲ ਅੱਗੇ ਕੱਲ ਵੀ ਇਹ ਗੱਲ ਹੋਈ ਸੀ ਕਿ ਸਰਕਾਰ ਨੇ ਉੱਥੇ ਬਹੁਤ ਵੱਡੀ ਸਰਕਾਰ ਦੀ ਨਲਾਇਕੀ, ਜਦੋਂ ਪਤਾ ਸੀ ਚਾਈਨਾ ਦੇ ਵਿੱਚ ਇੱਦਾਂ ਹੋ ਰਿਹਾ ਦੂਸਰੇ ਦੇਸ਼
ਹਾਂਜੀ ਕੀ ਚਾਹੀਦਾ ਸੀ ਕਿ ਜਿਹੜੇ ਲੋਕ ਬਾਹਰੋਂ ਆ ਰਹੇ ਆ ਉਹਨਾਂ ਨੂੰ ਰੋਕਿਆ ਜਾਂਦਾ, ਠੀਕ ਹੈ, ਮਤਲਬ ਐਂਟਰੀ ਨਾ ਦਿੱਤੀ ਜਾਂਦੀ ਸੀ। ਜੇ ਦੇ ਵੀ ਦਿੱਤੀ ਸੀ ਤਾਂ ਇੱਕ ਸਿਸਟਮ ਬਣਾ ਕੇ, ਜੇ ਮੰਨ ਲਓ ਡੇਲੀ 2000 ਬੰਦਾ ਵੀ ਬਾਹਰੋਂ ਆ ਰਿਹਾ ਸੀ, ਹਾਂ ਉਹਨਾਂ ਨੂੰ 15 ਦਿਨ ਜਿਹੜਾ ਆਈਸੋਲੇਟ ਆਈਸੋਲੇਸ਼ਨ ਕੀਤਾ ਜਾਂਦਾ, ਵੱਖਰੇ ਰੱਖਿਆ ਜਾਂਦਾ, 15 ਦਿਨ ਹਾਂਜੀ ਬਾਅਦ ਉਹਨਾਂ ਨੂੰ ਦਿੱਤੀ ਜਾਂਦੀ। ਠੀਕ ਹੈ, ਕਿਤੇ ਸਰਕਾਰ ਦੀ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆਈ ਆ, ਜਿਹੜਾ ਪੰਜਾਬ ਦੇ ਵਿੱਚ ਬਲਦੇਵ ਸਿੰਘ ਪਟਵਾਰੀ ਦਾ ਜਿਹਨਾਂ ਕੋਰੋਨਾ ਨਾਲ ਮੌਤ ਹੋਈ ਹੈ, ਹਾਂਜੀ, ਇੱਕ ਬੜਾ ਵੱਡਾ ਨੈਟਵਰਕ ਤਿਆਰ ਕੀਤਾ, ਤਕਰੀਬਨ 18 ਜਿਹੜੇ ਉਹਨਾਂ ਦੇ ਸੰਪਰਕ ਜਿਹੜੇ ਪੋਜ਼ਿਟਿਵ ਪਾਏ ਗਏ। ਅੱਛਾ ਜੀ, ਤੇ ਉਹਦੇ ਵਿੱਚ ਇੱਕ ਗੱਲ ਸਾਹਮਣੇ ਆ ਰਹੀ ਆ ਕਿ ਜਲੰਧਰ ਦਾ ਇੱਕ ਪ੍ਰਾਈਵੇਟ ਹਸਪੀਟਲ ਜਿੱਥੇ ਉਹਨਾਂ ਨੇ ਟ੍ਰੀਟਮੈਂਟ ਲਿਆ ਸੀ, ਪਟੇਲ, ਪਤਾ ਨਹੀਂ, ਸ਼ਾਇਦ ਪਟੇਲ ਹਸਪੀਟਲ, ਸ਼ਾਇਦ ਇਦਾਂ ਦਾ ਕੋਈ ਨਾਂ ਹੈ। ਹਾਂਜੀ, ਉਹਨਾਂ ਨੇ ਦਿਖਾਈ ਦਿੱਤੇ ਤੇ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਸ਼ਾਇਦ ਆਈ ਥਿੰਕ ਕਿਸੇ ਹੋਰ ਹਸਪੀਟਲ ਸਰਕਾਰੀ ਚ ਜਾ ਕੇ ਐਡਮਿਟ ਹੋ ਜਾਓ ਹਾਂ ਤੇ ਹਾਂ ਬਾਹਰ ਨਾ ਨਿਕਲੋ। ਠੀਕ, ਸੋ ਮੈਂ ਉੱਥੇ ਸਮਝਦਾ ਕਿ ਬਹੁਤ ਜਿਹੜੀ ਉਸ ਹਸਪੀਟਲ ਵੱਲੋਂ ਅਣਗਹਿਲੀ ਜਿਹੜੀ ਵਰਤੀ ਗਈ ਆ ਕਿ ਠੀਕ, ਉਹਨਾਂ ਨੂੰ ਕੋਈ ਦਿੱਤੇ ਸੀਗੇ, ਤਾਂ ਹਾਂ, ਤੁਰੰਤ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੂੰ ਡੀਸੀ ਮਹਿਕਮੇ ਨੂੰ ਦੱਸ ਕੇ ਤੇ ਜਿਹੜਾ ਉਸ ਤੇ ਰੋਕਿਆ ਜਾਂਦਾ। ਹਾਂਜੀ ਹਾਂਜੀ, ਮੈਂ ਸਮਝਦਾ ਗੈਰ ਜ਼ਿੰਮੇਵਾਰਾਂ ਦਾ ਜਿਹੜਾ ਉਹਨਾਂ ਨੇ ਜਿਹੜਾ ਸਾਰਾ ਕੰਮ ਕੀਤਾ, ਇਹਦੇ ਤੇ ਵੀ ਸਰਕਾਰ ਨੂੰ ਵੀ ਬਣਦੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ। ਠੀਕ ਹੈ, ਤੇ ਜਿੱਦਾਂ ਸਰਕਾਰ ਵੱਲੋਂ, ਜਿੱਦਾਂ ਪੰਜਾਬ ਸਰਕਾਰ ਵੱਲੋਂ ਤੁਸੀਂ ਕਿਹਾ ਵੀ ਕੁਛ ਰਾਜਤਾਂ ਜਿਹੜੇ ਕਿਰਪਾ ਸਿੰਘ ਜੀ ਲੋਕਾਂ ਨੂੰ ਦਿੱਤੀਆਂ ਵੀ ਆ, ਕੋਈ ਹੋਰ ਪੈਕੇਜ ਦਾ ਐਲਾਨ ਜਾਂ ਲੋਕਾਂ ਨੂੰ ਸਹੂਲਤ ਲਾ, ਕਿਉਂਕਿ ਲੋਕ ਜਿੱਦਾਂ ਲੋਕ ਸਰਕਾਰ ਦੇ ਹੁਕਮਾਂ ਦੀ ਪਾਲਣਾ ਤਾਂ ਕਰ ਰਹੇ ਆ, ਪਰ ਨਾਲ ਨਾਲ ਜਿਹੜਾ ਢਿੱਡ ਵੀ ਲੱਗਾ ਆ, ਬਈ ਭੁੱਖ ਵੀ ਲੱਗਦੀ ਆ, ਹਰ ਚੀਜ਼ ਆ, ਵੀ ਉਹਦਾ ਕੋਈ ਸਲੂਸ਼ਨ, ਜਾਂ ਲੋਕਾਂ ਦੇ ਜਿਹਨਾਂ ਦੇ ਕੰਮ ਕਾਰ ਠੱਪ ਹੋ ਗਏ ਆ, ਕਿਸਾਨ ਮੰਡੀਆਂ ਤੋਂ ਜਾਣ ਤੋਂ, ਸਬਜ਼ੀਆਂ ਵੇਚਣ ਤੋਂ ਰਹਿ ਗਏ ਆ, ਲੋਕ ਦੁੱਧ ਜਿਹੜੇ ਪਾਉਂਦੇ ਉਹ ਵੀ ਘਰੀ ਬੈਠੇ ਆ, ਵੀ ਉਹਨਾਂ ਦਾ ਕੋਈ ਪ੍ਰਬੰਧ ਕਰ ਰਹੀ ਆ ਜਾਂ ਨਹੀਂ ਹਲੇ? ਬਿਲਕੁਲ ਕੋਈ ਪ੍ਰਬੰਧ ਨਹੀਂ ਜੀ ਇਸ ਟਾਈਮ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਪੈਦਾ ਹੋ ਗਏ ਆ। ਕੁਛ ਹਾਂਜੀ, ਇਹਨਾਂ ਨੇ ਜਿਹੜੇ ਮਜ਼ਦੂਰ ਸੀਗੇ ਉਹਨਾਂ ਵਾਸਤੇ 3-3 ਹਜ਼ਾਰ ਰੁਪਈਆ ਇਹਨਾਂ ਨੇ ਅਨਾਊਂਸ ਕੀਤਾ ਸੀ ਪੰਜਾਬ ਸਰਕਾਰ ਨੇ। ਹਾਂਜੀ, ਅਦਰਵਾਈਜ਼ ਅੱਜ ਇੰਡੀਆ ਦੀ ਸਰਕਾਰ ਨੇ ਕੁਛ ਪੈਕੇਜ ਅਨਾਊਂਸ ਕੀਤੇ ਆ ਵੀ 2 ਰੁਪਏ ਕਿਲੋ ਕਣਕ, 3 ਰੁਪਏ ਕਿਲੋ ਚੌਲ, ਜਿਹੜਾ 3 ਮਹੀਨੇ ਦਾ ਰਾਸ਼ਨ ਜਿਹੜਾ ਦਿੱਤਾ ਜਾਊਗਾ ਠੀਕ ਹੈ। ਵਰਗ ਨੂੰ ਉਹਦੇ ਵਿੱਚ ਜਿਹੜਾ ਪੰਜਾਬ ਜਿਹੜੀ ਜ਼ਿਮੀਂਦਾਰਾਂ ਦੀ ਗੱਲ ਆ ਜਾਂ ਜਿਹੜਾ ਛੋਟਾ ਦੁਕਾਨਦਾਰ ਆ, ਹਾਂਜੀ ਹਾਂਜੀ, ਕਿਉਂਕਿ ਪਿਛਲੇ 5-6 ਦਿਨ ਤੋਂ ਜਿਹੜੀਆਂ ਦੁਕਾਨਾਂ ਬਿਲਕੁਲ ਬੰਦ ਪਈਆਂ, ਠੀਕ ਹੈ, ਅਜੇ ਤਕਰੀਬਨ 3 ਦਿਨ ਜਿਹੜੀਆਂ ਹੋਰ ਬੰਦ ਰਹਿਣਗੀਆਂ। ਤੇ ਜਿਹੜੇ ਵਪਾਰੀ ਸੀਗੇ, ਛੋਟੇ ਦੁਕਾਨਦਾਰ ਸੀਗੇ, ਉਹ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਅਪਸੈਟ ਹੋ ਜਾਣਗੇ, ਉਹਨਾਂ ਦੇ ਕਾਰੋਬਾਰ ਜਿਹੜੇ ਬਿਲਕੁਲ ਠੱਪ ਹੋ ਜਾਣਗੇ। ਹਾਂਜੀ, ਕਿਰਪਾ ਸਿੰਘ ਜੀ, ਬੜੀਆਂ ਧਾਰਮਿਕ ਸੰਸਥਾਵਾਂ ਨੇ ਜਿਹੜੀਆਂ, ਔਰ ਗੁਰਦੁਆਰੇ ਸਾਹਿਬਾਨ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ, ਉਹ ਲੰਗਰ ਤਿਆਰ ਕਰਕੇ ਲੋਕਾਂ ਤੱਕ ਪਹੁੰਚਾ ਰਹੇ ਨੇ। ਜਿਹੜੇ ਉਹਨਾਂ ਦੇ ਮੂੰਹ ਤੇ ਵੀ ਅੱਜ ਚਪੇਟ ਵੱਜਣ ਡਈ ਅਕਾਲੀ, ਕਿ ਜਿਹੜੇ ਕਹਿੰਦੇ ਗੁਰਦੁਆਰਿਆਂ ਦੀ ਲੋੜ ਨੀ। ਦੇਖੋ ਇੱਕ ਬੜੇ ਸੋਸ਼ਲ ਮੀਡੀਆ ਤੇ ਅੱਜ ਆਪਣਾ ਪੋਸਟਾਂ ਵੀ ਪੈ ਰਹੀਆਂ ਵੀ ਗੁਰਦੁਆਰੇ ਲੰਗਰ ਤਿਆਰ ਹੋ ਰਹੇ ਨੇ, ਔਰ ਸੰਗਤਾਂ ਨੂੰ ਭੁੱਖੀਆਂ ਲੋ ਜਨਤਾ ਨੂੰ ਜਿਹੜਾ ਲੰਗਰ ਗੁਰਦੁਆਰੇ ਲਿਜਾਇਆ ਜਾ ਰਿਹਾ। ਔਰ ਜਿਹੜੇ ਕੱਲ ਤੁਹਾਨੂੰ ਦੱਸੀ ਕਿ ਕੋਈ ਪਤਾ ਨੀ ਕਿ ਆਉਣ ਵਾਲੇ ਦਿਨਾਂ ਚ ਹਾਲਾਤ ਕਿੰਨੇ ਕੁ ਖਰਾਬ ਹੋਣੇ ਨੇ, ਔਰ ਜਿਹੜਾ ਫਾਈਨੈਂਸ਼ਲੀ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਹੁੰਦੇ ਹਾਂ
ਹਾਂ ਹਾਲੇ ਹਾਲਾਤ ਲੋਕਾਂ ਨੂੰ ਦੱਸੇ ਨੇ, ਆਪਾਂ ਮਈ ਦੀ ਗੱਲ ਕੀਤੀ ਸੀ ਕਿ ਮਈ ਵਿੱਚ ਜਾ ਕੇ ਅਸਲੀ ਪਤਾ ਲੱਗੂਗਾ, ਪਰ ਜਿਹੜਾ ਹੁਣ 21 ਦਿਨ ਦਾ ਹਾਲੇ ਵੀ ਕਈਆਂ ਕੋਲ ਕੋਈ 510,000, 2,000, 4,000 ਛੋਟੇ ਛੋਟੇ ਘਰਾਂ ਸ਼ਾਇਦ ਵਿਆਹ ਹੋਵੇ, ਆਪਾਂ ਗੈਸ ਕਰ ਦਿੰਦੇ ਹਾਂ, ਪਰ ਉਹ ਹਾਂ ਕਿੰਨੇ ਕੁ ਦਿਨ ਜਿਹੜਾ ਡੋਰ ਟੂ ਡੋਰ ਰਾਸ਼ਨ ਹੈ ਉਹ ਜਿਹੜਾ ਪੈਸਿਆਂ ਨਾਲ ਦਿੱਤਾ ਜਾ ਰਿਹਾ, ਪਰ ਠੀਕ ਹੈ ਕਿੰਨੇ ਕੁ ਦਿਨ ਪ੍ਰਸ਼ਾਸਨ ਵੱਲੋਂ ਔਰ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਕਿੰਨਾ ਉਹਦੇ ਰਹਿਣਗੇ, ਬੜਾ ਜਿਹੜੀ ਸਥਿਤੀ ਹੈ ਗੰਭੀਰ ਹੋਣ ਵਾਲੀ ਆਉਣ ਵਾਲੀ। ਠੀਕ ਹੈ ਤੇ ਲਖਵਿੰਦਰ ਸਿੰਘ ਜੀ, ਜਿੱਦਾਂ ਕੱਲ੍ਹ ਤੁਹਾਨੂੰ ਪਤਾ ਵੀ ਅਫਗਾਨਿਸਤਾਨ ਦੇ ਵਿੱਚ ਤਕਰੀਬਨ 20 ਤੋਂ ਉੱਪਰ ਜਿਹੜੇ ਆ ਸਿੱਖ ਜਿੱਦਾਂ ਮਾਰ ਦਿੱਤੇ ਗਏ ਸੀ, ਉਹਨਾਂ 'ਤੇ ਹਮਲਾ ਕੀਤਾ ਗਿਆ ਸੀ, ਅਤੇ ਅੱਜ ਉਹਨਾਂ ਦਾ ਜਿੱਦਾਂ ਸਮੂਹਕ ਜਿੱਦਾਂ ਕੀਤਾ ਹੈਗਾ ਸੰਸਕਾਰ ਕੀਤਾ ਹੈ, ਅੰਤਿਮ ਸੰਸਕਾਰ, ਅਤੇ ਜਿਹੜਾ ਉਹ ਖਬਰ ਦੇ ਬਾਰੇ ਵੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ? ਬਿਲਕੁਲ ਜੀ, ਅੱਜ ਕੱਲ੍ਹ ਜਿਹੜਾ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਗੁਰਦੁਆਰਾ ਸਾਹਿਬ ਤੇ ਹਾਂਜੀ ਆਤਮਘਾਤੀ ਹਮਲਾਵਰਾਂ ਵੱਲੋਂ ਹਮਲਾ ਕਰਕੇ ਠੀਕ ਉਹਨਾਂ ਨੂੰ ਮਾਰ ਦਿੱਤਾ ਗਿਆ, ਤੇ ਬਹੁਤ ਹੀ ਜਿਹੜਾ ਤਕਰੀਬਨ 23 ਦੇ ਕਰੀਬ 10 ਦੇ ਸਿੱਖ ਜਿਹੜੇ ਉੱਥੇ ਸ਼ਹੀਦ ਹੋ ਗਏ। ਹਾਂਜੀ ਸੋ ਅੱਜ ਉਹਨਾਂ ਦਾ ਬੜੇ ਗਮਗੀਨ ਮਾਹੌਲ ਦੇ ਵਿੱਚ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ, ਠੀਕ ਇੱਕ ਜਿਹੜੀ ਸਿੱਖ ਕੌਮ ਆ ਉਹਦੇ ਵਾਸਤੇ ਬਹੁਤ ਵੱਡੀ ਜਿਹੜੀ ਚੁਣੌਤੀ ਜਾਂ ਬੜੀ ਵੱਡੀ ਸਦਮੇ ਵਾਲੀ ਇਹ ਘਟਨਾ ਵਾ, ਇਹਦੇ ਵਾਸਤੇ ਵੀ ਸਰਕਾਰਾਂ ਨੂੰ ਚਾਹੀਦਾ ਕਿ ਭਾਰਤ ਸਰਕਾਰ ਨੂੰ ਇਹ ਜਿਹੜੇ ਵੀ ਲੋਕਾਂ ਨੇ ਇਹੋ ਜਿਹਾ ਘਿਨਾਉਣਾ ਜੁਰਮ ਕੀਤਾ ਉਹਨਾਂ ਦੀ ਤਫਤੀਸ਼ ਕਰਕੇ ਉਹਨਾਂ ਨੂੰ ਸਾਹਮਣੇ ਲਿਆ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀ ਚਾਹੀਦੀਆਂ ਜੀ। ਤੇ ਇਸ ਤੋਂ ਬਗੈਰ ਹੋਰ ਕੋਈ ਜਿੱਦਾਂ ਖਾਸ ਖਬਰ ਜਿਹੜੀ ਪੰਜਾਬ ਨਾਲ ਸੰਬੰਧ ਰੱਖਦੀ ਹੋਵੇ ਜਾਂ ਭਾਰਤ ਦੇ ਵਿੱਚ? ਮੈਨੂੰ ਪਤਾ ਲੱਗਾ ਵੀ ਕੇਜਰੀਵਾਲ ਨੇ ਵੀ ਕੱਲ ਕੋਈ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤੇ ਆ, ਉਹਦੇ ਬਾਰੇ ਕੋਈ ਹੈ ਜਾਣਕਾਰੀ? ਇੱਕ ਤਾਂ ਸਭ ਤੋਂ ਜਿਹੜੀ ਮੇਨ ਖਬਰ ਹੈ ਜੀ, ਆਪਣਾ ਕੈਪਟਨ ਸਾਹਿਬ ਨੇ ਸੀਐਮ ਨੇ ਚਿੱਠੀ ਲਿਖੀ ਹੈ ਗ੍ਰਹਿ ਮੰਤਰਾਲੇ ਨੂੰ, ਹਾਂ ਨੰਦੇੜ ਸਾਹਿਬ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਉੱਤੇ ਆਪਣੀ ਠੀਕ ਸੰਗਤ ਫਸੀ ਹੋਈ ਕਾਫੀ ਥਾਂ ਤੋਂ, ਉਹਨਾਂ ਠੀਕ ਨੂੰ ਪੰਜਾਬ ਆਉਣ ਲਈ ਜਿਹੜੇ ਉਪਰਾਲੇ ਕੀਤੇ ਜਾਣ, ਔਰ ਉਹ ਵੀ ਜਿਹੜੀ ਸੰਗਤ ਗਈ ਸੀ ਉੱਥੇ ਬੜੀ ਆਪਣੇ ਮੁਸ਼ਕਲ ਵਿੱਚ ਫਸ ਗਈ, ਤੇ ਹੁਣ ਉਹਨਾਂ ਨੂੰ ਘਰ ਆਉਣ ਦੀ ਬੜੀ ਮੁਸ਼ਕਲ ਆ, ਉਹ ਦੇਖਦੇ ਹੁਣ ਸਰਕਾਰ ਉਸ ਤੇ ਕੀ ਐਕਸ਼ਨ ਲੈਂਦੀ, ਉਹ ਕਦੋਂ ਘਰ ਉਹਨਾਂ ਦੀ ਵਾਪਸੀ ਹੁੰਦੀ ਜਿਹੜੀ ਸੰਗਤ ਹਜ਼ੂਰ ਸਾਹਿਬ। ਹਾਂਜੀ ਮੈਂ ਇਹ ਵੀ ਖਬਰ ਸੋਸ਼ਲ ਮੀਡੀਆ 'ਚ ਦੇਖੀ ਆ, ਮੇਰੀ ਸਿੱਧੀ ਤੇ ਗੱਲ ਪ੍ਰਧਾਨ ਸਾਹਿਬ ਨਾਲ ਹੋਈ ਨਹੀਂ ਸ਼੍ਰੋਮਣੀ ਕਮੇਟੀ ਦੇ ਨਾਲ, ਉਹਨਾਂ ਨੇ ਇੱਕ ਜਿੱਦਾਂ ਪਾਇਆ ਖਬਰ ਦੇ ਵਿੱਚ ਕਿ ਉਹਨਾਂ ਨੇ 5 ਬੱਸਾਂ ਭੇਜੀਆਂ ਜਿੱਥੇ ਵੱਖ ਵੱਖ ਜਿਹੜੇ ਯਾਤਰੂ ਆ ਜਿੱਦਾਂ ਧਾਰਮਿਕ ਸਥਾਨਾਂ ਤੇ ਫਸੇ ਹੋਏ ਆ ਉਹਨਾਂ ਨੂੰ ਵਾਪਸ ਪੰਜਾਬ ਲਿਆਉਣ ਵਾਸਤੇ। ਇਹ ਇਹ ਖਬਰ ਸ਼ਾਇਦ ਸਰਕਾਰ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਇਹ ਕਾਰਵਾਈ ਕਰਕੇ ਉਹਨਾਂ ਨੂੰ ਵਾਪਸ ਲੈ ਆਵੇ। ਇਹ ਵੇਖੋ ਜੀ, ਅੱਜ ਦੇ ਡੇਟ ਵਿੱਚ ਸਰਕਾਰ ਦਾ ਵਿੱਚ ਇੰਟਰਫੇਅਰ ਹੋਣਾ ਬੜਾ ਜ਼ਰੂਰੀ, ਸ਼ਾਇਦ ਪ੍ਰਧਾਨ ਸਾਹਿਬ ਨੇ ਪਰਮਿਸ਼ਨ ਲੈ ਲਈ ਹੋਵੇ, ਪਰ ਅੱਜ ਦੇ ਡੇਟ ਵਿੱਚ ਜੇ ਆਪਾਂ ਹਿੰਦੁਸਤਾਨ ਦੇ ਨਹੀਂ ਪੰਜਾਬ ਦੇ ਨਹੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਲੌਕ ਕੀਤਾ ਹੋਇਆ ਅੱਜ ਦੇ ਡੇਟ 'ਚ, ਅੱਛਾ ਜੀ ਜਿੰਨੇ ਪੰਜਾਬ ਦੇ ਜ਼ਿਲ੍ਹੇ ਸਾਰਿਆਂ ਨੂੰ ਲੌਕ ਕੀਤਾ ਹੋਇਆ ਉੱਧਰ ਉੱਧਰ ਹੀ, ਤੇ ਇੱਕ ਜ਼ਿਲ੍ਹੇ ਦਾ ਦੂਜੇ ਜ਼ਿਲ੍ਹੇ 'ਚ ਜਾਣ ਲਈ ਬੜੀ ਪਰੇਸ਼ਾਨੀ ਹੋ ਰਹੀ ਆ, ਔਰ ਦੇਖਦੇ ਆ ਉਹੀ ਤਾਂ ਦੱਸਿਆ ਆਉਣ ਵਾਲੇ ਦਿਨਾਂ 'ਚ ਸਰਕਾਰ ਐਕਸ਼ਨ ਲਵੇ, ਅਸੀਂ ਮੰਗ ਕਰਦੇ ਹਾਂ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਉਪਰਾਲਾ ਕਰੇ ਜਿਹੜੀ ਸੰਗਤ ਉੱਥੇ ਫਸੀ ਆ ਉਹ ਵਾਪਸ ਘਰਾਂ 'ਚ ਆਉਣ ਤੇ ਆਪਣੇ ਬੱਚਿਆਂ 'ਚ ਆਉਣ। ਹਾਂਜੀ ਤੇ ਆਪਾਂ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਬਈ, ਕਿਹੜੀਆਂ ਸਾਵਧਾਨੀਆਂ ਜਿਹੜੀਆਂ ਸਾਡੇ ਲਈ ਵਰਤਣੀਆਂ ਬਹੁਤ ਜ਼ਰੂਰੀ ਆ, ਜਿਨ੍ਹਾਂ ਤੋਂ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ? ਬਿਲਕੁਲ ਜੀ, ਸਾਵਧਾਨੀਆਂ ਤੇ ਕਿਉਂਕਿ ਇਹਦਾ ਬਿਮਾਰੀ ਜਿਹੜੀ ਲਾ ਇਲਾਜ ਹੋਣ ਦਾ ਕਰਕੇ ਹਾਂਜੀ ਦਵਾਈ ਜਿਹੜੀ ਨਹੀਂ, ਸੋ ਸਾਨੂੰ ਜਿਹੜੀਆਂ ਆਪਣੀਆਂ ਸਾਵਧਾਨੀਆਂ ਢੱਕ ਕੇ ਹੱਥ ਵਾਰ ਵਾਰ ਧੋਣਾ, ਠੀਕ ਹੈ ਹੱਥ ਕੱਟ ਲਾਉਣਾ, ਇਹਨਾਂ ਸਾਰੀਆਂ ਚੀਜ਼ਾਂ ਦਾ
ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਇੱਕ ਗੱਲ ਫਿਰ ਕਲੀਅਰ ਕਰ ਦੇਣੀ ਚਾਹੁੰਦਾ ਹਾਂਜੀ ਕਿ ਬਚਾਅ ਕੀ ਬਚਾਅ ਆ ਇੱਥੇ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਤੇ ਕਿਸੇ ਨੇ ਕੁਛ ਨਹੀਂ ਪੁੱਛਣਾ, ਇੱਥੇ ਕੋਈ ਸਿਸਟਮ ਨਹੀਂ ਹੈਗਾ। ਠੀਕ ਹੈ ਹੋਸਪਿਟਲਾਂ ਦੇ ਗੱਲ ਹੁੰਦੀ ਹੈ, ਜਿਹੜੇ NRI ਦਾ ਜਿਨ੍ਹਾਂ ਨੂੰ ਹੋ ਜਾਂਦਾ ਉਹ ਹੋਸਪਿਟਲ ਜਾਣਾ ਨਹੀਂ ਚਾਹੁੰਦੇ, ਜਾਣਾ ਇਸ ਕਰਕੇ ਨਹੀਂ ਚਾਹੁੰਦੇ, ਉਹਨਾਂ ਨੂੰ ਪਤਾ ਇੱਥੇ ਸਾਡਾ ਮਤਲਬ ਇਹਨਾਂ ਇਲਾਜ ਕਰਦਾ ਹੀ ਨਹੀਂ ਗਾ, ਅਸੀਂ ਤਾਂ ਹੋਸਪਿਟਲ ਜਾ ਕੇ ਨਾ ਹੋਰ ਜ਼ਿਆਦਾ ਸਾਨੂੰ ਬਿਮਾਰ ਕਰ ਦਿੰਦੇ। ਤੋ ਇਹੀ ਗੱਲ ਆ ਵੀ ਦੂਰੀ ਬਣਾ ਕੇ ਰੱਖੋ, ਜੋ ਜੋ ਡਾਕਟਰਾਂ ਵੱਲੋਂ ਸਾਨੂੰ ਦੱਸਿਆ ਜਾਂਦਾ ਵਾ ਉਹਨਾਂ ਤੇ ਚੱਲ ਕੇ ਤੇ ਸਾਵਧਾਨੀਆਂ ਰੱਖੋ ਤਾਂ ਜੋ ਇਸ ਬਿਮਾਰੀ ਤੋਂ ਜਿਹੜਾ ਬਚਿਆ ਜਾ ਸਕੇ। ਔਰ ਘਰੋਂ ਵੀ ਜੇ ਨਿਕਲਣਾ ਤੇ ਬੜਾ ਜ਼ਰੂਰੀ ਕੰਮ ਹੈ, ਇਹ ਵੀ ਦੱਸ ਦਈਏ ਆਪਣੇ ਹਾਂਜੀ ਚੈਨਲ ਰਾਹੀਂ ਜਨਤਾ ਨੂੰ ਕਿ ਘਰੋਂ ਨਿਕਲਣਾ ਉਹਦੇ ਪੱਕੇ ਪ੍ਰੂਫ ਲੈ ਕੇ ਨਿਕਲੋ। ਬਾਅਦ ਵਿੱਚ ਨਾ, ਕਿਉਂਕਿ ਅੱਜ ਇੱਕ ਚੰਡੀਗੜ੍ਹ ਵਿੱਚ MLA ਸਾਹਿਬਾਨ ਦੀ ਮੀਟਿੰਗ ਹੋਈ ਆ ਜਿਹਦੇ 1500 MLA ਸੀ, ਉਹਨਾਂ ਨੂੰ ਸਰਕਾਰ ਵੱਲੋਂ ਪਾਸ ਨਹੀਂ ਦਿੱਤੇ ਗਏ ਕਰਨ ਦਾ। ਅੱਛਾ ਜੀ। ਉਹ ਡਰਦੇ, ਇੱਕ ਖਬਰ ਵੀ ਆਈ ਜਿਹੜਾ ਕੁਲਬੀਰ ਜੀ ਦਾ MLA ਆ ਉਹਦਾ ਗਨਮੈਨ ਬਾਹਰ ਨਿਕਲਿਆ ਤੇ ਉਸ ਨੂੰ ਪੁਲਿਸ ਨੇ ਬਾਹਰ ਨਹੀਂ ਨਿਕਲ ਦਿੱਤਾ, ਤੇ ਜਿਹੜੇ 15 MLA ਉਹਨਾਂ ਮੀਟਿੰਗ ਕੀਤੀ ਕਿ ਅਸੀਂ ਡਰਦੇ ਜਨਤਾ ਚ ਤਾਂ ਨਹੀਂ ਜਾ ਰਹੇ ਕਿ ਸਾਡੇ ਕੋਲ ਕਰਫਿਊ ਪਾਸ ਹੈ ਨਹੀਂ, ਤੇ ਇਸ ਲਈ ਅਸੀਂ ਡਰਦੇ ਕਿ ਪੁਲਿਸ ਸਾਡੀ ਬੇਇੱਜ਼ਤੀ ਨਾ ਕਰੇ। ਪਰ ਉਹ ਵੈਸੇ ਤੇ ਗੱਲ ਹਾਸੋ ਹੀ ਨਹੀਂ ਲੱਗਦੀ ਆ ਵੀ ਇੱਕ MLA ਹੋ ਗਿਆ ਸਰਕਾਰ ਚ ਤੇ ਉਹਦੀ ਪੁਲਿਸ ਬੇਇੱਜ਼ਤੀ ਕਰੇ ਕਰਫਿਊ ਕਰਾਉਣ ਆਪਣੇ ਹਲਕੇ ਦੇ ਵਿੱਚ। ਪਰ ਫਿਰ ਵੀ ਜੋ ਖਬਰਾਂ ਆਈਆਂ ਕਿ ਉਹਨਾਂ ਸਰਕਾਰ ਤੇ ਰੋਸ ਜ਼ਾਹਿਰ ਕੀਤਾ ਕਿ ਸਾਨੂੰ ਤੇ ਇਹ ਤੋਂ ਸਿੱਧ ਹੁੰਦਾ ਕਿ ਜੇ MLA ਸਾਹਿਬਾਨ ਨਹੀਂ ਬਾਹਰ ਨਿਕਲ ਸਕਦੇ ਇੰਨੀ ਸਖਤੀ ਆ, ਤੇ ਫਿਰ ਆਮ ਜਨਤਾ ਨੂੰ ਬਿਨਾਂ ਮਤਲਬ ਤੋਂ ਨਿਕਲਣਾ ਜਿਹੜਾ ਬੜਾ ਔਖਾ ਹੈ। ਪੂਰਾ ਪੰਜਾਬ ਸੀਲ ਹੈ ਔਰ ਘਰੋਂ ਨਾ ਨਿਕਲੋ, ਜੇ ਕੋਈ ਜ਼ਰੂਰੀ ਕੰਮ ਹੈ ਉਹਦੇ ਪੱਕਾ ਪੁਖਤਾ ਜਿਹੜੇ ਸਬੂਤ ਆਪਣੇ ਨਾਲ ਡਾਕਟਰ ਦੀ ਰਿਪੋਰਟ ਆ ਉਹ ਲੈ ਕੇ ਜਾਓ। ਜ਼ਿਆਦਾ ਪਰ ਥੋੜੀ ਜਿਹੀ ਢਿੱਲ ਜ਼ਰੂਰ ਆ ਪ੍ਰਸ਼ਾਸਨ ਵੱਲੋਂ ਕਿ ਤੁਸੀਂ ਜਾ ਸਕਦੇ ਜੇ ਮੈਡੀਸਨ ਲੈਣ, ਤੇ ਉਸ ਦੇ ਸੰਬੰਧ ਫਾਰਮ ਰਹੋ ਅਪੀਲ ਆ ਸਰਕਾਰ ਨੂੰ ਲਿਆ ਵੀ ਇਹ ਥੋੜੀ ਜਿਹੀ ਢਿੱਲ ਜਿਹੜੀ ਆ ਪੱਠਿਆਂ ਦੀ ਤੂੜੀ ਦੀ ਡੰਗਰਾਂ ਵਾਸਤੇ ਕਿਸਾਨਾਂ ਨੂੰ। ਹਾਂਜੀ, ਇਹ ਤਾਂ ਆਪਣੇ ਕਿਰਪਾ ਸਿੰਘ ਜੀ, ਜਿੱਦਾਂ ਚਲੋ ਜਿਹੜੀਆਂ ਕੋਰੋਨਾ ਦੇ ਸੰਬੰਧ ਨਾਲ ਹੋ ਗਈਆਂ ਖਬਰਾਂ ਤੇ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਮਾਹੌਲ ਆ ਜਾਂ ਸਰਕਾਰ ਦੀ ਜਿਹੜੀ ਗਤੀਵਿਧੀ ਆ ਉਹ ਇਹ ਸਾਰੇ ਕੰਮ ਇਹ ਵੀ ਠੱਪ ਹੋ ਗਏ ਰਹਿ ਗਏ। ਬਿਲਕੁਲ ਜੀ, ਹੁਣ ਤਾਂ ਇੱਕੋ ਹੀ ਕੰਮ ਆ ਜੀ, ਕੋਰੋਨਾ ਤੋਂ ਬਚਣਾ। ਅੱਛਾ। ਕੋਈ ਮੁੱਦਾ ਨਹੀਂ, ਕੋਈ ਬੇਰੁਜ਼ਗਾਰੀ ਦਾ ਮੁੱਦਾ ਨਹੀਂ, ਕੋਈ ਤਨਖਾਹਾਂ ਦਾ ਮੁੱਦਾ ਨਹੀਂ, ਕੋਈ ਨੌਕਰੀਆਂ ਕੁਛ, ਸਾਰੇ ਮੁੱਦੇ ਜਿਹੜੇ ਉਹ ਬਿਲਕੁਲ ਹੀ ਖਤਮ ਆ। ਮੁੱਦਾ ਕਿ ਘਰਾਂ ਚ ਬੈਠੋ, ਕੋਰੋਨਾ ਤੋਂ ਬਚੋ, ਸਾਵਧਾਨੀਆਂ ਰੱਖੋ। ਠੀਕ ਹੈ। ਸੋ ਇਸ ਤਰ੍ਹਾਂ ਬਿਲਕੁਲ ਵਿਰੋਧੀ ਧਿਰਾਂ ਵੀ ਬਿਲਕੁਲ ਸਾਇਲੈਂਟ ਆ। ਮੈਂ ਸਮਝਦਾ ਕਿ ਜਿਹੜਾ ਸਿਆਸੀ ਮਾਹੌਲ ਆ ਉਹ ਇੱਕ ਪਾਸੜ ਹੋ ਕੇ ਰਹਿ ਗਿਆ, ਕੋਈ ਮਤਲਬ ਨਵੀਂ ਕੋਈ ਗੱਲ ਹੈ ਜਿਹੜੀ ਉਹ ਸਾਹਮਣੇ ਨਹੀਂ ਆ ਰਹੀ। ਜਿੱਦਾਂ ਹੁਣ ਤੁਸੀਂ ਕੋਈ ਖਬਰਾਂ ਲੈਣ ਜਾਂਦੇ ਆ ਬਾਹਰ ਅੰਦਰ ਜਾਂਦੇ ਆ, ਤੁਹਾਨੂੰ ਵੀ ਕੋਈ ਪਰੇਸ਼ਾਨੀ ਆਉਂਦੀ ਆ ਪ੍ਰਸ਼ਾਸਨ ਵੱਲੋਂ ਜਾਂ ਠੀਕ ਠਾਕ ਹੈ? ਨਹੀਂ, ਕੋਈ ਪਰੇਸ਼ਾਨੀ ਨਹੀਂ। ਹਾਂ, ਮਤਲਬ ਪੁੱਛ ਗਿੱਛ ਜ਼ਰੂਰੀ ਹੁੰਦੀ ਆ, ਚਾਹੀਦੀ ਵੀ ਆ। ਹਾਂਜੀ, ਬਾਕੀ ਕੋਈ ਇਹੋ ਜਿਹੀ ਮੁਸ਼ਕਲ ਨਹੀਂ ਆ ਰਹੀ, ਠੀਕ ਚੱਲ ਰਿਹਾ। ਠੀਕ, ਬਹੁਤ ਬਹੁਤ ਧੰਨਵਾਦ ਜੀ। ਕੋਈ ਹੋਰ ਗੱਲਬਾਤ ਜਿਹੜੀ ਜਾਂ ਤੁਹਾਡੇ ਮਨ 'ਚ ਹੋਵੇ, ਕੋਈ ਖਬਰ ਰਹਿੰਦੀ ਹੋਵੇ ਤਾਂ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹੋ। ਇੱਕ ਮੈਂ ਦੱਸਣਾ ਚਾਹੁੰਦਾ, ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਬੜਾ ਰੌਲਾ ਪਿਆ ਕਿ ਪ੍ਰੈਸ ਰਿਪੋਰਟਰ ਨੂੰ, ਪੱਤਰਕਾਰ ਨੂੰ ਕਰੋਨਾ ਆਇਆ ਸੀ, ਉਸ ਤੋਂ ਬਾਅਦ ਉਸਦੇ ਹੋ ਗਿਆ ਤੇ ਬੇਟੀ ਦੇ ਪੋਜ਼ਿਟਿਵ ਆਉਣ ਤੋਂ ਬਾਅਦ ਹੁਣ ਉੱਥੇ ਬੜਾ ਮਾਹੌਲ ਖਤਰਨਾਕ ਸਿਸਟਮ ਬਣਦਾ ਜਾ ਰਿਹਾ ਕਿ ਉੱਥੇ ਜਿਹੜੇ ਉਹ ਪ੍ਰੈਸ ਕਾਨਫਰੰਸ ਗਿਆ ਪੱਤਰਕਾਰ, ਉੱਥੇ 40-50 ਪੱਤਰਕਾਰ ਸੀ, ਉਹ ਸਾਬਕਾ ਜਿਹੜੇ CM ਵੀ ਉੱਥੇ ਸੀ, ਤੇ ਇਹ ਮਾਹੌਲ ਜਿਹੜਾ ਪਿਆ ਬੜਾ ਨੈਟਵਰਕ ਸਿਸਟਮ ਹੈ ਕਰੋਨਾ ਦਾ ਬੜਾ ਖਤਰਨਾਕ ਹੈ। ਔਰ ਜਿਹੜੇ 2 ਹਫ਼ਤੇ ਆ ਇੰਡੀਆ ਵਾਸਤੇ ਜਾਂ ਪੰਜਾਬ ਵਾਸਤੇ ਇਹ ਬਹੁਤ ਹੀ, ਜੇ ਦੇਖਿਆ ਜਾਵੇ ਇਹਨਾਂ ਰਿਪੋਰਟਾਂ ਦੇ ਮੁਤਾਬਕ ਬੜੇ ਖਤਰਨਾਕ ਨੇ। ਠੀਕ, ਅਸੀਂ ਦੱਸ
ਤੇ ਵਾਹਿਗੁਰੂ ਮਿਹਰ ਕਰੇ ਜਿੰਨੇ ਵੀ ਪੰਜਾਬੀ ਨੇ ਜਾਂ ਪੂਰੇ ਸਰਬੱਤ ਦਾ ਭਲਾ ਮੰਗਣ ਵਾਲੇ ਆਪਾਂ ਕੌਮ ਆ, ਪੂਰੀ ਦੁਨੀਆਂ ਤੇ ਇਸਦਾ ਕਹਿਰ ਜਿਹੜਾ ਮੱਠਾ ਹੋਵੇ, ਔਰ ਵਾਹਿਗੁਰੂ ਮਿਹਰ ਕਰੇ ਜੀ। ਬਹੁਤ ਬਹੁਤ ਧੰਨਵਾਦ ਜੀ ਭਾਈ ਲਖਵਿੰਦਰ ਸਿੰਘ ਅਤੇ ਭਾਈ ਕਿਰਪਾ ਸਿੰਘ ਜੀ, ਤੇ ਆਪਾਂ ਮਿਲਦੇ ਹਾਂ ਕੱਲ ਦੇ ਫਿਰ ਨਵੇਂ ਪ੍ਰੋਗਰਾਮ ਦੇ ਵਿੱਚ, ਤੇ ਆਪਾਂ ਸੰਗਤਾਂ ਤੋਂ ਆਪਣੇ ਦਰਸ਼ਕਾਂ ਤੋਂ ਇੱਥੇ ਹੀ ਖਿਮਾ ਦੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।